न्यूज नंबर वेख रहे सारे दर्शकों का मैं शाइना शर्मा स्वागत करती हाँ। ट्विटर वार्ता तो नू पता ही है, एक ट्वीट करन तो बाद किवें छोटा जा मसला विवादित रूप ले लैंदा। ट्विटर ते राजनीति करना ते किसी भी मुद्दे ते लड़ाई करना लोगों लई आम गल हो गई है, लेकिन इस बारी ट्विटर वार बॉलीवुड ते बॉलीवुड च वेखन नू मिली। की सी मसला ते की होया, चलो तुहानू दसते हाँ। Press the bell icon and never miss a video from newsnumber.com. Bollywood adakara Kangana Ranaut kheti bill de layi kitte gaye tweet nu leke lagatar sawalan de ghere ch hai. Dassdiye Kangana Ranaut ne tweet kar kheti bill de khilaf virodh karan walyan nu attwadi dassya. ਤੁਹਾਨੂੰ ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ, ਇੱਕ ਵਾਰੀ ਫਿਰ ਉਹੀ ਕਹੂੰਗਾ ਕਿ MSP ਜਾਰੀ ਰਹੂਗੀ। ਅਤੇ ਨਾਲ ਹੀ ਸਰਕਾਰੀ ਖਰੀਦ ਵੀ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਸੇਵਾ ਲਈ ਹੈ ਅਤੇ ਅਸੀਂ ਕਿਸਾਨਾਂ ਦੀ ਮਦਦ ਲਈ ਸਾਰੀ ਕੋਸ਼ਿਸ਼ਾਂ ਕਰਾਂਗੇ ਅਤੇ ਉਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਦੇ ਬਿਹਤਰ ਜੀਵਨ ਨੂੰ ਪੱਕਾ ਕਰਾਂਗੇ। ਪ੍ਰਧਾਨ ਮੰਤਰੀ ਦੇ ਟਵੀਟ ਕਰਨ ਤੋਂ ਬਾਅਦ ਕੰਗਨਾ ਨੇ ਉਹਨਾਂ ਨੂੰ ਰੀਟਵੀਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਜੀ, ਜੇ ਕੋਈ ਸੋ ਰਿਹਾ ਹੋ ਤਾਂ ਉਹਨੂੰ ਜਗਾਇਆ ਜਾ ਸਕਦਾ ਹੈ, ਜਿਹਨੂੰ ਗਲਤ ਫਹਿਮੀ ਹੋ ਉਹਨੂੰ ਵੀ ਸਮਝਾਇਆ ਜਾ ਸਕਦਾ ਹੈ, ਲੇਕਿਨ ਜੇ ਕੋਈ ਸੋਣ ਦੀ ਐਕਟਿੰਗ ਕਰਦਾ ਹੋਏ ਅਤੇ ਨਾ ਸਮਝਣ ਦੀ ਕੋਸ਼ਿਸ਼ ਕਰਦਾ ਹੋਏ ਤਾਂ ਉਹਨਾਂ ਨੂੰ ਤੁਹਾਡੇ ਸਮਝਾਉਣ ਦਾ ਕੀ ਅਸਰ ਹੋਊਗਾ। ਕੰਗਨਾ ਨੇ ਅੱਗੇ ਲਿਖਿਆ, ਇਹ ਉਹੀ ਅੱਤਵਾਦੀ ਨੇ। CAA ਨਾਲ ਇੱਕ ਵੀ ਇਨਸਾਨ ਦੀ ਸਿਟੀਜ਼ਨਸ਼ਿਪ ਨਹੀਂ ਗਈ ਸੀ, ਲੇਕਿਨ ਫਿਰ ਵੀ ਇਹਨਾਂ ਨੇ ਖੂਨ ਦੀਆਂ ਨਦੀਆਂ ਬਹਾਤੀਆਂ ਸੀ। ਕੰਗਨਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਇਹ ਟਵੀਟ ਦਾ ਵਿਰੋਧ ਕਰਦੇ ਹੋਏ ਕੰਗਨਾ ਨੂੰ ਕਰਾਰਾ ਜਵਾਬ ਦਿੱਤਾ ਅਤੇ ਲਿਖਿਆ ਕਿ ਮੈਡਮ, ਤੁਸੀਂ ਕਿਹਨੂੰ ਅੱਤਵਾਦੀ ਕਹਿ ਰਹੇ ਹੋ? ਜਿਹੜੇ ਸੜਕਾਂ 'ਤੇ ਖੜ੍ਹੇ ਹੋ ਕੇ ਆਪਣਾ ਹੱਕ ਮੰਗ ਰਹੇ ਨੇ ਜਾਂ ਕੌਣ? ਉਹਨਾਂ ਨੇ ਅੱਗੇ ਲਿਖਿਆ, ਅੱਤਵਾਦੀ ਪਤਾ ਵੀ ਕੌਣ ਹੁੰਦੇ ਨੇ? ਹੈਰਤ ਦੀ ਗੱਲ ਤਾਂ ਇਹ ਹੈ ਕਿ ਰਣਜੀਤ ਬਾਵਾ ਦੇ ਟਵੀਟ ਕਰਨ ਤੋਂ ਬਾਅਦ ਕੰਗਨਾ ਨੇ ਰਣਜੀਤ ਬਾਵਾ ਨੂੰ ਬਲੌਕ ਵੀ ਕਰਤਾ। ਕੰਗਨਾ ਅਤੇ ਰਣਜੀਤ ਬਾਵਾ ਦੀ ਟਵਿੱਟਰ 'ਤੇ ਹੋਈ ਲੜਾਈ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹੈ। ਕੁਛ ਲੋਕ ਕੰਗਨਾ ਦਾ ਸਪੋਰਟ ਕਰ ਰਹੇ ਨੇ ਅਤੇ ਕੁਛ ਲੋਕ ਰਣਜੀਤ ਬਾਵਾ ਦਾ। ਹੁਣ ਸਿਰਫ ਰਣਜੀਤ ਬਾਵਾ ਹੀ ਨਹੀਂ ਬਲਕਿ ਪੰਜਾਬੀ ਗਾਇਕਾ ਔਰ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੀ ਕੰਗਨਾ ਦੇ ਕੀਤੇ ਹੋਏ ਟਵੀਟ ਦਾ ਵਿਰੋਧ ਕਰਦੀ ਹੈ। ਤੁਹਾਡੀ ਇਸ ਮਸਲੇ 'ਤੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬਣੇ ਰਹੋ ਨਿਊਜ਼ ਨੰਬਰ ਨਾਲ।